मुसलमान मिलिट्री ने फड़िया तुहानू असलामु अलैकुम बाबा जी जी की हाल है ठीक ठाक हो जरा गड़के ना बोलना जरा है पता लगे जरा जम्मू जेडे साडे वीर ने उन्होंने पता लगे कि बुजुर्ग अज भी माशाल्लाह आवाज इन्हां दी विच गड़क आवे बाबा जी की ना है अपना मोहम्मद रशीद ते वाला साहब दा ना तुहाडा नाम मोहम्मद बशीर ते वाला साहब दा ना सराजदीन ते दादा जी ना याद है दादा जी दा जी खुदा बख्श ते केड़ी बरादरी अपनी बाबा जी रमानी ते केड़ा पिंड सी अपना पिछे जम्मू रसाना ते तहसील जिला जम्मू ठीक बाबा जी थोड़ा पिंड सी रसाना एदे लेंदे चढ़दे दखन पहाड़ केड़े केड़े पिंड सन कोई एक अद्धा नाम याद होए तुहानू जबोवाल जबोवाल दूर सी जबोवाल पिंड रसाना तो थे नानके कि बिलकुल जी जी ठीक ते बाबा जी किड्डा वड्डा पिंड सी रसाना 1947 तो पहला वाह जी वाह नौ नवे पिंड सी है ते अपनी जमीन है सी उत्थे जमीन है नहीं सी ते की कारोबार करदे सन उत्थे तुहाडे बुजुर्ग जिमीदारी करदे रहे तुसी ठीक हो गया ते लंबड़दार कौन सी उत्थे पिंड दा उत्थे तुहाडे सरदार सिंह सरदार सिंह ए सिख सी है ते वावा जमीन दा मालक सी है ए रसाना पिंड जेड़ा एदी टोटल किन्नी की जमीन होगी दस दिन अच्छा दूसरा की ना सी ठीक ते होर बाबा जी केड़ियां केड़ियां कौमां रहिंदियां सन पिंड दे विच जी ठीक जी जी ते बाबा जी ये जेड़े सरदार सन सिख सरदार लंबड़दार इन्हों का सलूक कैसा सी मुसलमाना दे नाल दूसरियां कौमां दे नाल सही सलूक करदे सन ते ये शादी ब्याह जदों हुंदे सन तुहानू बुलांदे हन एक दूसरे नूं आपस च तुसी शादियां ब्याहां ते आउण जाणा है सी नहीं जांदे हां बस कद बुजुर्ग कहिंदे ने कच्ची रोटी पई छड़ने असी ते शादियां ते नहीं सी नाल मतलब उस हुंदे विच
ਸਹੀ ਤੇ ਉਹ ਉੱਥੇ ਕਿਤੇ ਮੇਲਾ ਵੀ ਲੱਗਦਾ ਸੀ ਮੇਲਾ ਜੀ ਮੇਲਾ ਨੇ ਕਿੱਥੇ ਲੱਗਦਾ ਸੀ ਉੱਥੇ ਮੇਲਾ ਮੇਲਾ ਛਿੰਝ ਕੰਦਰਾਲ ਛਿੰਝ ਪੈਂਦੇ ਕੰਦਰਾਲ ਪਿੰਡ ਬਾਰਡਰ ਦੇ ਉੱਤੇ ਉੱਥੇ ਛਿੰਝ ਪੈਂਦੀ ਭਲਵਾਨ ਕੋਲ ਗੈਸ ਕਰਦੀ ਹੁੰਦੀ ਅੱਛਾ ਜੀ ਕਿਹੜਾ ਸੀ ਸਿਰ ਕੱਢਵਾ ਭਲਵਾਨ ਉਦੋਂ ਇਹੋ ਯਾਰ ਇੱਥੋਂ ਜਾਂਦਾ ਰਿਹਾ ਗੁੰਗਾ ਉਹ ਝਾਰਾਂ ਵਾਲੇ ਝਾਰਾਂ ਦਾ ਇਹਨਾਂ ਦਾ ਕੋਈ ਮੁਕਾਬਲਾ ਵੀ ਕਰਦਾ ਸੀ ਉੱਥੇ ਮੁਕਾਬਲਾ ਕਰਨ ਵਾਲੇ ਕੋਈ ਨਹੀਂ ਉਹਦੇ ਗੁੰਗੇ ਦੇ ਨਾਲ ਕੋਈ ਮੁਕਾਬਲਾ ਕਰਦਾ ਅੱਛਾ ਉਹ ਸਿਰਫ ਤੇਰੀ ਤੇਰੀ ਬੰਦਾ ਹੈ ਉਹਦੇ ਦੇ ਮੁਕਾਬਲੇ ਗੁੰਗੇ ਦੇ ਮੁਕਾਬਲੇ ਦਾ ਹੈ ਕੋਈ ਕੋਈ ਨਹੀਂ ਗੁਰੂ ਭਗਵਾਨ ਰੁਸਤ ਮੈਂ ਜ਼ਮਾ ਆਇਆ ਹਾਂਜੀ ਵਾਹ ਜੀ ਵਾਹ ਕੀ ਬਾਤ ਹੈ ਯਾਨੀ ਕਿ ਕੋਈ ਜੋੜ ਦਾ ਭਲਵਾਨ ਨਹੀਂ ਸੀ ਉਹਨਾਂ ਦੇ ਹੈ ਉਹਦੇ ਨਾਲ ਦਾ ਕੋਈ ਨਹੀਂ ਸਹੀ ਆ ਫੇਰੀ ਨਿਕਲਦਾ ਆ ਪਿੰਡ ਚ ਉਹਦੇ ਨਾਲ ਜਵਾਨ ਕੋਈ ਵੀ ਨਹੀਂ ਜਦੋਂ ਐਡਾ ਜਾਣਾ ਸੀ ਮਾਸ਼ਾਅੱਲਾ ਠੀਕ ਠੀਕ ਅੱਛਾ ਬਾਬਾ ਜਦੋਂ ਸ਼ਾਦੀ ਵਿਆਹ ਹੁੰਦੇ ਸਨ ਤੇ ਕੱਪੜਾ ਵਗੈਰਾ ਕਿੱਥੋਂ ਲੈਂਦੇ ਸਨ ਕਿਹੜਾ ਸ਼ਹਿਰ ਲੱਗਦਾ ਸੀ ਲਾਗੇ ਰਸਾਣੇ ਵੀ ਦੁਕਾਨਾਂ ਸਨ ਕਿੰਨਾ ਦੀ ਦੁਕਾਨਾਂ ਖੱਤਰੀਆਂ ਦੁਕਾਨਾਂ ਹੋਣਗੀਆਂ ਠੀਕ ਤੇ ਮੁਸਲਮਾਨ ਜ਼ਿਆਦਾ ਕੀ ਕਰਦੇ ਸਨ ਇਹਨਾਂ ਦਾ ਕੀ ਕਾਰੋਬਾਰ ਸੀ ਉੱਥੇ ਤੇ ਸਕੂਲ ਹੈ ਸੀ ਪਿੰਡ ਦੇ ਵਿੱਚ ਕਿੱਡੀ ਕੁ ਦੂਰ ਸੀ ਤੁਹਾਡੇ ਘਰ ਤੋਂ ਤੁਸੀਂ ਗਏ ਸਕੂਲ ਜਿਹੜਾ ਸੀ ਉੱਥੇ ਰਸਾਣੇ ਪਿੰਡ ਉਹਦੇ ਕੋਲ ਕੋਈ ਛੱਪੜ ਜਾਂ ਉਹਦਾ ਬੂਟਾ ਹੁੰਦਾ ਸੀ ਸਹੀ ਤੇ ਦੁਬਾਰਾ ਕਦੀ ਗਏ ਆਪਣੇ ਪਿੰਡ ਉੱਥੇ ਆਉਣ ਤੋਂ ਬਾਅਦ ਕਦੀ ਚਾਂਸ ਨੀ ਬਣਿਆ ਅੱਛਾ ਬਾਬਾ ਜੀ ਤੂੰ ਇਹ 47 ਦੇ ਰੌਲੇ ਪਏ ਨੇ ਤੇ ਪਤਾ ਕਿੰਨੇ ਦਿਨ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹ ਸਾਡਾ ਹੁਣ ਦੇਸ਼ ਨਹੀਂ ਰਿਹਾ ਇਹਨੂੰ ਸਾਨੂੰ ਛੱਡਣਾ ਪੈਣਾ ਕਿੰਨੇ ਦਿਨ ਪਹਿਲਾਂ ਪਤਾ ਚੱਲ ਗਿਆ ਸੀ ਉੱਥੇ ਪਤਾ ਕਰ ਗਈ ਜੀ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਨਾ ਜੀ ਪਾਕਿਸਤਾਨ ਦੇ ਹਿੰਦੁਸਤਾਨ ਵੰਡ ਹੋਈ ਦੀ 36 ਜ਼ਿਲ੍ਹਿਆਂ ਦੀ 36 ਜ਼ਿਲ੍ਹਿਆਂ ਦੀ ਵੰਡ ਹੋਈ ਜ਼ਿਲ੍ਹਿਆਂ ਦੀ ਵੰਡ ਹੋਈ ਜੀ ਰਿਆਸਤ ਦਾ ਕੋਈ ਮਸਲਾ ਨਹੀਂ ਰਿਆਸਤ ਦਾ ਬਾਅਦ ਕੋਈ 2.5 ਮਹੀਨੇ ਦੇ ਬਾਅਦ ਵਾਲਾ ਰੌਲਾ ਪਿਆ 2.5 ਮਹੀਨੇ ਦੇ ਬਾਅਦ ਰੌਲਾ ਪਿਆ ਜੀ ਜੀ ਉਹ ਵੀ ਉਹ ਸ਼ਰੀਕਾਂ ਨੇ ਰਾਜ ਦਾ ਨੇ ਤੰਗ ਕੀਤਾ ਉਹਦੇ ਉੱਥੇ ਮੁਜ਼ਮ ਸਾਹਮਣੇ ਜ਼ੋਰਦਾਰ ਉਹਦੇ ਹਨ ਰਾਜੇ ਨੂੰ ਜੇ ਸੱਜੀ ਅੱਖੀ ਵੇਖੇ ਨਾ ਮੁਸਲਮਾਨਾਂ ਨੂੰ ਇਹਨੂੰ ਕੋਈ ਠਾ ਨਹੀਂ ਸਕਦਾ ਤੇ ਜਦੋਂ ਖੱਬੀ ਅੱਖੀ ਵੇਖੇਗਾ ਤੈਨੂੰ ਉਹ ਫਿਰ ਸ਼ਰੀਕਾਂ ਨੇ ਤੰਗ ਕੀਤਾ ਜੀ ਉਧਰੋਂ ਉਧਰ ਹੀ ਕੱਢਦਾ ਕੱਢੇ ਗਏ ਉਹ ਤਬਾਦਲਾ ਕੋਈ ਨਹੀਂ ਸੀ ਰਿਆਸਤ ਦਾ ਕੋਈ ਤਬਾਦਲਾ ਨਹੀਂ ਠੀਕ ਬਿਲਕੁਲ ਬਿਲਕੁਲ 2.5 ਮਹੀਨੇ ਦੇ ਬਾਅਦ ਆਈ ਉੱਥੋਂ ਨਿਕਲੇ ਬਿਲਕੁਲ ਬਿਲਕੁਲ ਬੜੇ ਬਜ਼ੁਰਗਾਂ ਸਾਨੂੰ ਇੰਝ ਹੀ ਗੱਲ ਦੱਸੀ ਬਿਲਕੁਲ ਤੁਸੀਂ ਠੀਕ ਫਰਮਾ ਰਹੇ ਹੋ ਤੇ ਇਹ ਜਦੋਂ ਵੰਡ ਹੋਈ ਹੈ ਤੁਹਾਡਾ ਕੋਈ ਕੈਂਪ ਲੱਗਾ ਸੀ ਉੱਥੇ ਗਈਆਂ ਤੁਸੀਂ ਇਕੱਲੇ ਇਕੱਲੇ ਨਿਕਲੇ ਸੋ ਕਿੰਨੇ ਕੁ ਅਫਰਾਦ ਹੋ ਤੁਸੀਂ ਸਾਰੇ ਘਰ ਦੇ ਜਿਹੜੇ ਨਿਕਲੇ ਹੋ ਰਸਾਣੇ ਪਿੰਡ ਚੋਂ ਕਾਫੀ ਘਰ ਸਨ 5-7 ਘਰ 8 ਘਰ ਤੁਹਾਡੇ ਵਾਲਾ ਸਾਹਿਬ ਹੋਰ ਕਿੰਨੇ ਭਾਈ ਸਨ ਇਕੱਲੇ ਭਾਈ ਸਨ ਠੀਕ ਤੇ ਤੁਸੀਂ ਸਾਰਾ ਯਾਨੀ ਕਿ ਉੱਥੇ ਜਦੋਂ ਰਸਾਣੇ ਪਿੰਡ ਨੂੰ ਨਿਕਲੇ ਹੋ ਤੇ ਦੂਸਰੇ ਮੁਸਲਮਾਨਾਂ ਦੇ ਘਰ ਵੀ ਤੁਹਾਡੇ ਨਾਲ ਨਿਕਲੇ ਨੇ ਕਿ ਜਾਂ ਤੁਸੀਂ ਪਹਿਲਾਂ ਹੀ ਆ ਗਏ ਹੋ ਇਹ ਤੁਹਾਡੇ ਕੋਲ ਸਾਰਾ ਸਫ਼ਰ ਸੁਣਨਾ ਸਾਂ ਤੁਹਾਡੇ ਪਿੰਡ ਰਸਾਣੇ ਤੋਂ ਲੱਗ ਕੇ ਤੇ ਇੱਥੋਂ ਤੱਕ ਰਾਸਤੇ ਵਿੱਚ ਕੀ ਮੁਸ਼ਕਲਾਂ ਆਈਆਂ ਕਿਸ ਤਰ੍ਹਾਂ ਤੁਸੀਂ ਬਾਰਡਰ ਕ੍ਰਾਸ ਕੀਤਾ ਜੀ ਸੁਣਾਓ ਸਾਰਾ ਸਫ਼ਰ ਘਰੋਂ ਨਿਕਲ ਜੀ ਤੇ ਜਿਹੜਾ ਤੁਹਾਡਾ ਸਮਾਨ ਸੀ ਡੰਗਰ ਵਗੈਰਾ ਜਾਂ ਸਾਰਾ ਕੁਝ ਉੱਥੇ ਛੱਡ ਛਡਾਏ ਕੁਛ ਵੀ ਨਹੀਂ ਨਾਲ ਲੈ ਗਏ ਤੁਸੀਂ ਰਸਾਣੇ ਪਿੰਡ ਤੋਂ ਕਿਹੜੀ ਸਾਈਡ ਤੋਂ ਤੁਸੀਂ ਬਾਰਡਰ ਕ੍ਰਾਸ ਕੀਤਾ ਜੀ
जंद सरियाल कुबे दा कोट सही तुसी किन्ने जी हो जो सारे आ रहे सो अच्छा की ना सन तुहाडे भाइयां दे जी ठीक जी ठीक ते चौथ पैदाइश उधर ही हुई सी माशाल्लाह जम्मू दे विच अच्छा यानी कि तुसी कल्ले वाहद भाई हो जेड़े उधर मोहम्मद शफी जेड़े तुसी कह रहे हो वड्डे तुहाडे भाई अच्छा ते तुहाडे वाला साहब भी नाल सन सही ते रास्ते विच तुहाडे उत्ते किसे जत्थे ने हमला ते नहीं कीता रहमानी बरादरी केड़े पिंड दे सानो मां ही मेरे मर गए सत जवान अजे नहीं बने पाकिस्तान बड़े वड्डे बोल बोल छड़े ने हारनिया फिंडर अच्छा हारनी कौम ते पिंड फिंडर पिंड फिंडर हिंदुआ ने यानी कि तुहाडे तू जिद्दू तुसी पाकिस्तान आ रहे हो तुहाडे तो पहला वाकया हो चुका तुहाडे तो अगे होर तुसां रास्ते विच कोई इस तरह का कोई सीन वेख्या होया जिथे कतलोगार ज्यादा हुई होए और ज्यादा केड़े लागे जो उधर मार ताड़ हुई सी जी मुसलमान काफी पिंड जी किन्ने भुल गया आहो जेड़े तुहानू तो याद ने लवो सा ना एक पिंड साडा बार्डर दे उत्ते ही त्रेवा हां बिलकुल जी जी बिलकुल एंजी कर ले उथे ने बुजुर्गां दा भी इंटरव्यू कीता मैं बड़ा वड्डा चवाला दा भी त्रेवा पिंड दा भी एंजी कर ले इक होर भैन दसदे हुंदे ने इत्थे पसरूरों अगे जेड़ा क्लास वाला उथे दसदे ने कि 75,000 ਜਥਾ ਸਿੱਖਾਂ ਦਾ ਮੁਸਲਮਾਨਾਂ ਵਾਸਤੇ ਰੱਖਿਆ ਸੀ ਓਹਨੇ ਮੁਸਲਮਾਨਾਂ ਨੂੰ ਮੁਕਾ ਦਿਆਂਗੇ ਠੀਕ ਮੁਸਲਮਾਨਾਂ ਨੂੰ ਮੁਕਾ ਲਿਆ ਅਖੀਰ ਉਹਨੇ ਘੱਲਿਆ ਪੁੱਤਰ ਆਪਣੇ ਨੂੰ ਅਸਲਾ ਲੈਣ ਉਹ ਅਸਲਾ ਲੈਣ ਆਉਂਦਾ ਪਿਆ ਤੇ ਸੀ ਉਹ ਮਹਿੰਦੀ ਸ਼ਾਹ ਇੱਕ ਨੂਰੀ ਲੱਤਾਂ ਵਾਲਾ ਇੱਕ ਥਾਣੇ ਦਾ ਸੀ ਇੱਕ ਡਾਕਟਰ ਸੀ ਇੱਕ ਬੀਬੀ ਸਾਜਾ ਦੀ ਪਟਿਆਲਾ ਦੀ ਇਹਨਾਂ ਦਾ ਜਥਾ ਬਣਿਆ ਸੀ ਉਹ ਫਿਰ ਜਦੋਂ ਉਹਨੂੰ ਮਾਰਿਆ ਨਾ ਮੁੰਡੇ ਨੂੰ ਤਾਂ ਫਿਰ ਉਹਨੇ ਆਖਿਆ ਵੀ ਉਹ ਨੱਸ ਜਾ ਸਿੱਖਾਂ ਨੂੰ ਆਖਿਆ ਉਹ ਨੱਸ ਜਾ ਉਚਾਲਾ ਕਰ ਲਓ ਮੇਰਾ ਕੰਮ ਮੇਰਾ ਪੁੱਤਰ ਮਾਰਿਆ ਗਿਆ ਅਤੇ ਹੁਣ ਉਚਾਲਾ ਕਰ ਲਓ ਫਿਰ ਸਿੱਖ ਜਿਹੜੇ ਹਨ ਉਹ ਸਾਰੇ ਵੜ ਛੜੇ ਹਨ ਮੁਸਲਮਾਨਾਂ ਨੂੰ 75,000 ਬੀਬੀ ਸਾਹਿਜਾ ਦੀ ਪਹਿਲਾਂ ਢੋਲੀ ਉਹਨੇ ਫਿਰ ਕਲੇ ਜਾਣ ਦਿੱਤਾ ਪਚੱਤਰ ਹਜ਼ਾਰ ਦਾ ਮੁਸਲਮਾਨ ਮੁਕਾਉਣ ਵਾਸਤੇ
ਸਿੱਖ ਜਿਹੜੇ ਨੇ ਐਵੇਂ ਨਹੀਂ ਗਏ, ਸਿੱਖਾਂ ਨੇ ਚਾਰ ਦੀਵੇ ਪਾਲੇ ਹਨ। ਅੱਛਾ, ਚਾਰ ਦੀਵੇ ਜੀ ਜੀ, ਚਾਰ ਦੀਵੇ ਪਾਲੇ ਹਨ ਤਾਂ ਫਿਰ ਮੁਸਲਮਾਨਾਂ ਦੇ ਪਲਦਾ ਰਿਹਾ, ਸਾਂਝਾਂ ਦਾ ਪੁੱਜ ਗਿਆ, ਖਤਰੇ ਦਾ ਪੁੱਜ ਗਿਆ, ਜਿੰਨੇ ਵੀ ਆਏ ਸਾਰੇ ਚਾਰੇ ਪੀਜੀ ਦੇ। ਅਤੇ ਇਹਨਾਂ ਨੇ ਸਿੱਖਾਂ ਨੇ ਆਖਿਆ ਇਹ ਅਸੀਂ ਮੁਸਲਮਾਨ ਆਖੇ ਨੇ ਨਿਕਲਦੇ, ਸਾਨੂੰ ਅੱਲਾਹ ਨੇ ਕੱਢਿਆ। ਅਤੇ ਵਾਕਈ ਸਿੱਖ ਜਿਹੜੇ ਮੁਸਲਮਾਨਾਂ ਨੂੰ ਤਗੜੇ ਹਨ, ਮੁਸਲਮਾਨਾਂ ਨੂੰ ਤਗੜੇ ਹਨ। ਹਾਂਜੀ, ਗੱਲ ਇਹਨਾਂ ਕੋਲ ਮਸ਼ੀਨ ਕਰਨਾ, ਇਹਨਾਂ ਕੋਲ ਹਥਿਆਰ ਸੀ ਜੀ, ਮੁਸਲਮਾਨਾਂ ਕੋਲ ਤਾਂ ਚਾਕੂ ਨਹੀਂ ਹਲੇ ਆਉਂਦੇ। ਹਾਂਜੀ, ਗੱਲ ਹੈ, ਬਿਲਕੁਲ ਸਹੀ ਫਰਮਾ ਰਹੇ ਤੁਸੀਂ। ਸਿੱਖਾਂ ਕੋਲ ਹਥਿਆਰ, ਅੱਛਾ ਤੁਸੀਂ ਗੱਲ ਸੁਣਾ ਰਹੇ ਹੋ, ਤੁਸੀਂ 6 ਮਹੀਨੇ ਉੱਥੇ ਜੇਲ੍ਹ ਵੀ ਕੱਢੀ। ਹਾਂਜੀ, ਅਤੇ ਉਹ ਕੀ ਵਜ੍ਹਾ ਸੀ, ਸੁਣਾਓ ਜ਼ਰਾ ਗੱਲ ਹੈ। ਬਾਰਡਰ ਭੱਜੀ ਨਾ, ਚਾਰਵਾਂ ਸੈਕਟਰ, ਚਾਰਵੇਂ ਚਾਰ ਜੀ, ਚਾਰਵੇਂ ਸਵੇਰੇ ਅਸੀਂ ਉੱਠਿਆ ਨਮਾਜ਼ ਜਾਣ ਕੇ, ਨਮਾਜ਼ ਪੜ੍ਹ ਕੇ ਬਾਹਰ ਸਰ ਕੇ ਆਏ ਜੀ। ਫੈਰ 7 ਵਜੇ ਖੁੱਲ੍ਹ ਗਏ, 7 ਵਜੇ ਫੈਰ ਖੁੱਲ੍ਹ ਗਏ ਬਾਰਡਰ, ਜਿਹੜੀ 7 ਵਜੇ ਭੱਜ ਗਈ। 500 ਜੀ ਮਾਰਿਆ ਗਿਆ ਸੀ, ਚਾਰਵੇਂ 500 ਜੀ ਚਾਰਵੇਂ ਪਹਿਲੀ ਰਾਤ। ਤੁਸੀਂ ਵੀ ਇੱਥੇ ਫੜੇ ਗਏ ਸੋ ਫਿਰ? ਇੱਕੋ ਪਿੰਡ ਦੇ, ਰਸਾਨਾ ਪਿੰਡ ਦੇ ਜੀ, ਤੇ ਮਿਲਟਰੀ ਨੇ ਫੜਿਆ ਤੁਹਾਨੂੰ? ਟਾਇਰ ਦੇ ਵਿੱਚ ਤੁਹਾਨੂੰ ਉਹਨਾਂ ਨੇ ਖੜਿਆ ਸੀ, ਪਿੰਡ ਖੜਿਆ ਸੀ, ਅਸਾਰ ਠੀਕ। ਤੇ ਤੁਹਾਡਾ ਇੱਥੇ ਕਿਹੜਾ ਪਿੰਡ ਸੀ ਪਹਿਲਾਂ ਇੱਥੇ ਪਾਕਿਸਤਾਨ, ਜਦੋਂ ਤੁਸੀਂ ਆਏ ਉਧਰੋਂ ਬਾਰਡਰ ਕ੍ਰਾਸ ਕਰਕੇ 47 ਵੇਲੇ, ਤੇ ਕਿਹੜੇ ਪਿੰਡ ਸਭ ਤੋਂ ਪਹਿਲਾਂ ਪੜਾਓ ਕੀਤਾ ਤੁਸੀਂ? ਸਬਜ਼ਪੀਰ। ਸਬਜ਼ਪੀਰ, ਉੱਥੇ ਕਿੰਨੀ ਦੇਰ ਰਹੇ ਤੁਸੀਂ ਫਿਰ? ਕਾਫੀ ਚਿਰ ਰਹੇ। ਤੇ ਜਦੋਂ ਤੁਸੀਂ ਚੱਲੇ ਹੋ, ਕਿੰਨੇ ਦਿਨਾਂ 'ਚ ਤੁਸੀਂ ਪਹੁੰਚ ਗਏ ਹੋ ਪਾਕਿਸਤਾਨ ਇੱਥੇ ਆਪਣੇ ਰਸਾਨੇ ਪਿੰਡ ਤੋਂ, ਕਿੰਨੀ ਦੇਰ 'ਚ ਪਹੁੰਚ ਗਏ ਹੋ? ਅੱਛਾ, ਬਿਲਕੁਲ ਬਾਰਡਰ ਨਾਲ ਕ੍ਰਾਸ ਕਰਕੇ ਉੱਥੇ ਕਿੰਨੀ ਦੇਰ ਰਹੇ ਸਬਜ਼ਪੀਰ ਤੁਸੀਂ? ਉੱਥੇ ਫਿਰ ਅੱਗੋਂ ਬਾਬਾ ਜੀ, ਜਿਹੜੇ ਤੁਹਾਡੇ ਦੂਸਰੇ ਪਿੰਡ ਦੇ ਮੁਸਲਮਾਨ ਸਨ, ਜਿਹੜੇ ਮੁਸਲਮਾਨ ਸਨ ਤੁਹਾਡੇ ਹੋਰ ਪਿੰਡ ਦੇ, ਉਹ ਕਿੱਥੇ ਕਿੱਥੇ ਬੈਠੇ ਨੇ ਇਸ ਟਾਈਮ? ਨਹੀਂ ਪਤਾ ਕਿੱਥੇ ਬੈਠੇ ਨੇ, ਤੇ ਕੀ ਨਾਂ ਸਨ ਉਹਨਾਂ ਦੇ? ਨਾਂ ਲਵੋ, ਸ਼ਾਇਦ ਉਹ ਸੁਣਨਗੇ ਗੱਲਬਾਤ, ਉਹ ਵੇਖ ਲੈਣਗੇ ਜਿਹੜੇ ਤੁਹਾਡੇ ਆਂਢ ਗੁਆਂਢ, ਜਿਹੜੇ ਤੁਹਾਡੇ ਆਂਢ ਗੁਆਂਢ ਜਿਹੜੇ ਸਨ, ਜਿਹੜੇ ਯਾਰ ਦੋਸਤ ਹੁੰਦੇ ਨੇ ਸੱਜਣ ਬੇਲੀ। ਤੁਹਾਡੇ ਗੁਆਂਢੀਆਂ ਕਿੰਨਾ ਦੇ ਘਰ ਸਨ ਉੱਥੇ? ਨਹੀਂ ਚੇਤੇ, ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਅੱਛਾ, ਜਦੋਂ ਭੁੱਲ ਵੀ ਜਾਂਦੇ? ਆਹ ਬਿਲਕੁਲ ਜੀ, ਉਮਰ ਦਾ ਇੱਕ ਤਕਾਜ਼ਾ। ਤੇ ਜਦੋਂ ਪਾਕਿਸਤਾਨ ਤੁਸੀਂ ਇੱਥੇ ਆਏ ਤਾਂ ਲੋਕਾਂ ਨੇ ਕੈਸਾ ਸਲੂਕ ਕੀਤਾ ਤੁਹਾਡੇ ਨਾਲ, ਜਿਹੜੇ ਇੱਧਰ ਦੇ ਸਨ ਤੁਹਾਡੇ ਮੁਸਲਮਾਨ ਭਰਾ? ਪਾਕਿਸਤਾਨ ਦੇ ਮੁਸਲਮਾਨ ਰਾਸ਼ਨ ਜੀ, ਸਹੀ ਧਾਵਣ ਕੀਤਾ ਤੁਹਾਡੇ ਨਾਲ ਉਹਨਾਂ ਨੇ, ਸਹੀ। ਅੱਛਾ ਬਾਬਾ ਜੀ, ਉਹ ਵਕਤ ਚੰਗੇ ਸਨ ਜਾਂ ਇਹ ਵਕਤ ਠੀਕ ਹੈ? ਉਹ ਵਕਤ ਚੰਗੇ ਕਿਸ ਲਿਹਾਜ਼ ਨਾਲ? ਇੱਕ ਦੂਜੇ ਦਾ ਸਾਥ ਕਰ, ਹੁਣ ਤੇ ਭਰਾ ਭਰਾ ਨਾਲ ਨਹੀਂ ਕਰਦਾ। ਇੰਜੀ ਗੱਲ ਹੈ, ਮੁਖਲਸ ਲੋਕ ਸਨ, ਇੱਕ ਦੂਸਰੇ ਇੱਜ਼ਤ ਕਦਰ ਕਰਦੇ ਸਨ, ਹੈ ਲਾਲਚ ਤੋਂ ਬਗੈਰ। ਤੇ ਕਦੀ ਆਪਣਾ ਪਿੰਡ ਖਾਬ ਦੇ ਵਿੱਚ ਨਜ਼ਰ ਆਇਆ, ਰਸਾਣਾ ਪਿੰਡ? ਆਪਣਾ ਦੇਖ ਚਿੜੀਆਂ ਕਾਵਾਂ ਨੀ ਭੁੱਲਦਾ,
हले उधरों आ गए हैं ते पिछे कदी कोई खत पत्र कोई थानू आया हो जम्मू रसाने पिंड दा बिलकुल ही राबता खत्म है किसी बंदे नाल कोई गलबात नहीं तुहाडी ए भी नहीं थानू पता कि जेडे तुहाडे पिंड दे आंढ गुआंढ मुसलमान भाई सन ओ किथे बैठे रहे भी कोई पता नहीं देखो इंशाल्लाह साडी गलबात जेड़ा भी सुनेगा सानू दसण कि किथे किथे बैठे ने तुहाडी आवाज सुन के तुसी इस टाइम केड़ी जगह बैठे हो सियालकोट केड़ा एरिया जिथे सीएसटी बैठे हैं सियालकोट ते सिटी है ना हमजा गोस तहसील ते जिला सियालकोट ए हमजा गोस नवा पिंड या पुराना पिंड सी कोई है या हुण ही तखलीक होया ए आलू ते लगदा रे कमाल पुना अच्छा एस एरिया च आलू ते पुना ए फैक्ट्री बूटे जेड़े कोई नहीं सुनदा ए हुण सारा इंडस्ट्रियल एरिया बन गया दिल ते कर दे अपना घर बार बुआ पहचान लो गे ਤੁਹਾਡਾ ਘਰ ਪਿੰਡ ਨੂੰ ਕਿਹੜੀ ਬਾਈ ਸੀ ਲੈਂਦੇ ਚੜ੍ਹਦੇ ਦੱਖਣ ਪਹਾੜ ਲੈਂਦੇ ਪਾਸੇ ਉਹ ਜਿਹੜੇ ਲੋਕ ਰਸਾਣੇ ਪਿੰਡ ਦੇ ਸੁਣਨਗੇ ਨਾ ਤੇ ਉਹ ਫਿਰ ਪੁੱਛਦੇ ਨੇ ਵੀ ਨਿਸ਼ਾਨੀਆਂ ਕੋਈ ਦੱਸੋ ਬਜ਼ੁਰਗਾਂ ਦੇ ਕਿੱਥੇ ਰਹਿੰਦੇ ਹਨ ਇਹਨਾਂ ਦੇ ਘਰ ਦੇ ਕੋਲ ਕੀ ਨਿਸ਼ਾਨੀ ਤਿੰਨ ਹੀ ਹੁੰਦੀਆਂ ਨੇ ਜਾਂ ਛੱਪੜ ਹੈ ਵੇਖੋ ਅੱਲਾ ਨੇ ਤੁਹਾਨੂੰ ਤੇ ਜ਼ਿੰਦਗੀ ਸੇਧ ਦਿੱਤੀ ਹੈ ਨਾ ਤੇ ਇਸ ਤਰ੍ਹਾਂ ਹੋਰ ਅੱਗੋਂ ਉਹਨਾਂ ਦੀ ਔਲਾਦਾ ਬੜੇ ਗੌਰ ਨਾਲ ਸੁਣਦੀਆਂ ਨੇ ਇਹਨਾਂ ਚੀਜ਼ਾਂ ਨਾ ਆਪਣੇ ਪਿੰਡ ਦਾ ਨਾਂ ਜਦੋਂ ਆਉਂਦਾ ਨਾ ਸੁਣਦੇ ਨੇ ਯੂਟਿਊਬ ਉੱਤੇ ਉਹ ਬੜੇ ਖੁਸ਼ ਹੁੰਦੇ ਨੇ ਅਸੀਂ ਵੀ ਗੌਰਮੈਂਟ ਅੱਗੇ ਇਹੀ ਰਿਕੁਐਸਟ ਕਰਨੇ ਆ ਵੀ ਜਿਹੜੇ 75 ਸਾਲਾਂ ਤੋਂ ਉੱਤੇ ਬਜ਼ੁਰਗ ਨੇ ਨਾ ਇਹਨਾਂ ਨੂੰ ਇਹਨਾਂ ਦੇ ਵੀਜ਼ਾ ਜਿਹੜੇ ਨਾ ਆਸਾਨੀ ਪੈਦਾ ਕੀਤੀ ਜਾਵੇ ਤਾਂ ਕਿ ਇਹ ਆਪਣਾ ਘਰ ਬਾਰ ਬੂਆ ਵੇਚ ਸਕਣ ਸਿੱਖ ਸਰਦਾਰ ਤੇ ਆ ਰਹੇ ਨੇ ਨਾ ਉਹ ਨਰਵਲ ਕਰਤਾਰਪੁਰ ਤੇ ਉਹ ਆਪਣਾ ਉਹ ਵੀ ਆ ਰਹੇ ਨੇ ਇੱਥੇ ਪੰਜਾਬ ਦੇ ਵਿੱਚ ਆਪਣੇ ਵੇਖਦੇ ਨੇ ਵੀ ਘਰ ਬਾਰ ਬੂਆ ਜਿੱਥੇ ਉਹ ਜੱਦੀ ਰਹਿੰਦੇ ਸਨ ਕਰਤਾਰਪੁਰ ਜਿਹੜਾ ਗੁਰਦੁਆਰਾ ਉਹਨਾਂ ਸਭ ਖੋਲਿਆ ਸਾਡੀ ਗੌਰਮੈਂਟ ਨੇ ਸਰਦਾਰ ਉੱਥੇ ਵੀ ਆ ਰਹੇ ਨੇ ਸਿੱਖ ਸਰਦਾਰ ਗਏ ਤੇ ਇਸ ਪੰਜਾਬ ਜੀ ਨਾ ਉਧਰ ਜਿੱਥਾਂ ਤੁਸੀਂ ਜੰਮੂ ਤੋਂ ਇੱਧਰ ਆਏ ਹੋ ਤੇ ਕੋਈ ਪੈਗਾਮ ਦੇਣਾ ਚਾਹੋ ਆਪਣੇ ਰਸਾਣਾ ਪਿੰਡ ਦੇ ਲੋਕਾਂ ਨੂੰ ਉਹਨਾਂ ਨੇ ਇੰਟਰਵਿਊ ਸੁਣਨਾ ਪੈਗਾਮ ਦੇਣਾ ਚਾਹੋ ਬਾਬਾ ਜੀ ਜਿਹੜੇ ਤੁਹਾਡਾ ਪਿੰਡ ਰਸਾਣਾ ਹੈ ਉਹਨਾਂ ਲੋਕਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਅਗਰ ਉਹ ਤੁਹਾਨੂੰ ਬੁਲਾਉਣ ਦੇਣ ਤੇ ਜਾਓਗੇ ਬੜੇ ਜੰਮ ਪੈਂਦੇ ਨੇ ਬੁਲਾਉਣ ਵਾਲੇ ਜਦੋਂ ਆਪਣੇ ਪਿੰਡ ਦੇ ਬੜੇ ਨੇ ਬਾਬਾ ਜੀ 140-140 ਸਾਲ ਉਮਰ ਵੀ ਹੈ ਉਹਨਾਂ ਦੀ ਮਾਮਾ ਸ਼ਫੀ ਕੌਣ ਸੀ ਜੱਬੋਵਾਲ ਦਾ ਜਿਹੜਾ ਜੱਬੋਵਾਲ ਪਿੰਡ ਦੇ ਸਨ ਅੱਛਾ ਬਾਬਾ ਜਦੋਂ ਪਿੰਡੋਂ ਨਿਕਲੇ ਤੁਹਾਨੂੰ ਪਿੰਡ ਨਾਲ ਪਿੰਡ ਦੇ ਲੋਕਾਂ ਨਾਲ ਵਿਦਾ ਕੀਤਾ ਉੱਥੇ ਜਦੋਂ ਪਿੰਡੋਂ ਨਿਕਲੇ ਰਸਾਣਾ ਪਿੰਡ ਆਪਣੇ ਤੋਂ ਲੋਕ ਤੁਹਾਨੂੰ ਮਿਲਣ ਆਏ ਜਿਹੜੇ ਸਨ ਹਿੰਦੂ ਖੱਤਰੀ ਜਿਹੜੇ ਤੁਹਾਡੇ ਹਨ ਨਹੀਂ ਬਸ ਕਦ ਹੁੰਦਾ ਨਾ ਮਹੱਲਿਆਂ ਦੇ ਵਿੱਚ ਅਸੀਂ ਇੰਟਰਵਿਊ ਜੀ ਪਤਾ ਨੀ ਚੱਲਿਆ ਜੀ ਤੁਸੀਂ ਨਿਕਲ ਆਏ ਹੋ ਸਹੀ ਠੀਕ ਹੈ ਬਾਬਾ ਜੀ ਅੱਲਾ ਤਾਲਾ ਤੁਹਾਨੂੰ ਤੰਦਰੁਸਤੀ ਦੇ ਹਯਾਤੀ ਦੇ ਜੀ ਕੋਈ ਜੱਬੋਵਾਲ ਦੇ ਜਿਹੜੇ ਕੋਈ ਇੰਟਰਵਿਊ ਲੈਦੇ ਨੇ ਨਾ ਬੰਦਿਆਂ ਦੇ ਜੀ ਇੱਥੇ ਆਏ ਦੇ ਨੇ ਮਾਈਗ੍ਰੇਟ ਜਿਹੜੇ ਹੋਏ ਦੇ ਨੇ ਕੋਈ ਤੁਸੀਂ ਉਹਨਾਂ ਚ ਕੋਈ ਦੇਖੋ ਤੇ ਉਹਨਾਂ ਦੀ ਕੋਈ ਸ਼ਕਲ ਸ਼ਬਾਹਤ ਕੇ ਪਹਿਚਾਣਦੇ ਨੇ ਆ ਜੱਬੋਵਾਲ ਦੇ ਮੈਂ 2-3 ਇੰਟਰਵਿਊ ਕੀਤੇ ਨੇ ਮੁਗਲਾਂ ਦਾ ਪਿੰਡ ਸੀ ਉਹ ਤਰਖਾਣਾ ਦਾ ਜੱਬੋਵਾਲ ਜਿਹੜੇ ਸਨ ਨਾ ਜੱਬੋਵਾਲ ਪਿੰਡ ਇਹ ਉੱਥੇ ਜ਼ਿਆਦਾ ਮੁਗਲ ਤਰਖਾਣ ਰਹਿੰਦੇ ਸਨ
ठीक है बाबा जी, बहुत शुक्रिया जी, अस्सलाम वालेकुम। अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में अपडेट जाने।